ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਦੇ ਵਿੱਚ ਲਗਾਤਾਰ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਟੈਂਪਰੇਚਰ ਲਗਾਤਾਰ ਵਧ ਰਿਹਾ ਹੈ ਲੇਕਿਨ ਇੱਕ ਰਾਹਤ ਦੀ ਗੱਲ ਜ਼ਰੂਰ ਸਾਹਮਣੇ ਆਈ ਹੈ ਮੌਸਮ ਵਿਭਾਗ ਮੁਤਾਬਿਕ ਹੁਣ ਆਉਣ ਵਾਲੇ 3 ਤੋਂ 4 ਦਿਨ ਵੈਸਟਰਨ ਡਿਸਟਰਬੈਂਸ ਕਰਕੇ ਮੌਸਮ 'ਚ ਕਾਫੀ ਬਦਲਾਅ ਆਉਣ ਵਾਲਾ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ بارش ਹੋਣ ਦੀ ਗੱਲ ਕੀਤੀ ਜਾ ਰਹੀ ਹੈ ਮੌਸਮ ਕਾਫੀ ਸੁਹਾਵਣਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਵੈਸਟਰਨ ਡਿਸਟਰਬੈਂਸ ਦਾ ਜਿਹੜਾ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਵੱਲੋਂ ਜੇ ਆਪਾਂ ਗੱਲ ਕਰੀਏ ਕਾਫੀ ਜ਼ਿਆਦਾ ਪਿਛਲੇ ਦਿਨਾਂ ਚ ਟੈਂਪਰੇਚਰ ਜਿਹੜਾ ਹੈ ਕਾਫੀ ਰਾਈਜ਼ ਹੋਇਆ ਸੀਗਾ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਸਾਹਮਣੇ ਆਈ ਸੀ ਇਸ ਵੇਲੇ ਅਸੀਂ ਮੌਜੂਦ ਹਾਂ ਚੰਡੀਗੜ੍ਹ ਦੇ ਸੁਖਨਾ ਲੇਖ ਤੇ اور بہت زیادہ گرمی کر کے اج دا دن جی ایسی گل کر لی ہے حالانکہ موسم ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 18 19 20 21 ਨੂੰ ਮੌਸਮ 'ਚ ਕਾਫੀ ਬਦਲਾਅ ਹੋਣ ਵਾਲਾ ਹੈ ਲੋਕਾਂ ਨੂੰ ਰਾਹਤ ਗਰਮੀ ਤੋਂ ਮਿਲ ਸਕਦੀ ਹੈ ਕਿਉਂਕਿ ওয়েস্টার্ন ਡਿਸਟਰਬੈਂਸ ਐਕਟਿਵ ਹੋਣ ਵਾਲਾ ਹੈ ਜਿਸ ਕਰਕੇ ਹਾਲਾਂਕਿ ਤਸਵੀਰਾਂ ਤੁਸੀਂ ਵੇਖੋ ਸੁਖਨਾ লেਕ ਦੀ ਇੱਕ ਵੀ ਕਾਫੀ ਰਸ਼ ਹੁੰਦਾ ਇੱਥੇ ਜਿਹੜੇ ਲੋਕ ਨੇ ਬਾਹਰ ਤੋਂ ਇੱਥੇ ਪਹੁੰਚਦੇ ਆ ਆਪਣੇ ਦੋਸਤਾਂ ਦੇ ਨਾਲ ਲੇਕਿਨ ਇੱਕ ਵੀ ਇੱਥੇ ਕੋਈ ਵੀ ਟੂਰਿਸਟ ਜਾਂ ਫਿਰ ਕੋਈ ਵੀ ਇੱਥੇ ਬਿਲਕੁਲ اسونسان پہ ہے کسی بھی طرح ਦਾ ਕੋਈ ਇਥੇ ਘੁੰਮਣ ਨਹੀਂ ਆਇਆ ਕੋਈ سیر ਕਿਉਂਕਿ ਗਰਮੀ ਦਾ ਕਹਿਰ ਬਹੁਤ ਜ਼ਿਆਦਾ ਹੈ اور ਟੈਂਪਰੇਚਰ ਲਗਾਤਾਰ ਰਾਈਜ਼ ਹੋ ਰਿਹਾ ਜਿਸ ਕਰਕੇ ਜਿਹਨੇ ਵੀ ਟੂਰਿਸਟ ਪਲੇਸ ਨੇ ਜਾਂ ਉਥੇ ਕਾਫੀ ਸਨਨਾਟਾ ਹੈ ਹਾਲਾਂਕਿ ਸੁਖਨਾ ਲੈਕ ਦੀ ਵੀ ਇਸੇ ਤਰ੍ਹਾਂ ਦੀ ਤਸਵੀਰਾਂ ਜ਼ਰੂਰ ਸਾਹਮਣੇ ਆ ਰਹੀਆਂ ਜਿੱਥੇ ਕਿ ਜ਼ਿਆਦਾਤਰ ਜਿਹੜੇ ਟੂਰਿਸਟ ਨੇ ਉਹ ਨਹੀਂ ਘੁੰਮ 파 ਰਹੇ ਕਿਉਂਕਿ ਗਰਮੀ ਦਾ ਕਹਿਰ ਬਹੁਤ ਜ਼ਿਆਦਾ ਹੈ ਲੇਕਿਨ ਆਉਣ ਵਾਲੇ ਜੈਸਾ ਗੱਲ ਕਰੀਏ 4 ਤੋਂ 5 ਦਿਨ ਉੱਥੇ ਵੈਸਟਰਨ ਡਿਸਟਰਬੈਂਸ ਕਰਕੇ ਮੌਸਮ 'ਚ ਕਾਫੀ ਬਦਲਾਅ ਦੀ ਗੱਲ ਕੀਤੀ ਗਈ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 4 ਤੋਂ 5 ਦਿਨ ਵੈਸਟਰਨ ਡਿਸਟਰਬੈਂਸ ਕਰਕੇ ਟੈਂਪਰੇਚਰ ਡਾਊਨ ਹੋਏਗਾ ਕਿਤੇ ਕਿਤੇ ਬਾਰਿਸ਼ ਜਿਹੜੀ ਹੈ ਉਹ ਹੋ ਸਕਦੀ ਹੈ ਮੀਂਹ ਪੈ ਸਕਦਾ ਹੈ ਜਿਸ ਕਰਕੇ ਥੋੜਾ ਜਿਹਾ ਰਾਹਤ ਜ਼ਰੂਰ ਮਿਲੇਗੀ ਉਹ ਟੈਂਪਰੇਚਰ ਵੀ ਡਾਊਨ ਹੋਗਾ ਲੇਕਿਨ ਜੇ ਇਸ ਵੇਲੇ ਇਸ ਵੇਲੇ ਗੱਲ ਕਰ ਲਈ ਅੱਜ ਦਾ ਪੂਰਾ ਦਿਨ ਟੈਂਪਰੇਚਰ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਨਹੀਂ ਹੈ ਔਰ ਕਾਫੀ ਜਿਆਦਾ ਸਟ੍ਰੀਮ ਅ ਕਹਿ ਸਕਦੇ ਆ ਕਿ ਹੀਟ ਵੇਵ ਦੀ ਅਲਰਟ ਦਿੱਤਾ ਗਿਆ ਹੈ ਤਸਵੀਰਾਂ ਲਗਾਤਾਰ ਤੁਸੀਂ ਵੇਖ ਰਹੇ ਹੋ ਸੁਖਨਾ ਲੈਗ ਦੀ ਹਾਲਾਂਕਿ ਦੇਖੋ ਲੋਕ ਜੇਕਰ ਬੋਟਿੰਗ ਕਰ ਰਹੇ ਆ ਉਹ ਵੀ ਛਤਰੀ ਲਾ ਕੇ ਅੰਬ੍ਰੇਲਾ ਲਾ ਕੇ ਆਪਣੇ ਪਰਿਵਾਰ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਜੇਕਰ ਕੋਈ ਬਾਹਰ ਤੋਂ ਆਇਆ ਹੈ ਉਹ ਕਰ ਰਹੇ ਕਿਉਂਕਿ ਹੀਟ ਵੇਵ ਤੋਂ ਵੀ ਬਚਣਾ ਹੈ ਤੇ ਨਾਲ ਦੇ ਨਾਲ ਇੰਜੋਏ ਵੀ ਕਰਨਾ ਹੈ ਇਸ ਕਰਕੇ ਲੇਕਿਨ ਅੱਜ ਦਾ ਦਿਨ ਪੂਰਾ ਪੂਰਾ ਦਿਨ ਅੱਜ ਅ ਕਹਿ ਸਕਦੇ ਆ ਕਿ ਹੀਟ ਵੇਵ ਦਾ ਕਹਿਰ ਜ਼ਰੂਰ ਵੇਖਣ ਨੂੰ ਮਿਲ ਸਕਦਾ ਹੈ ਅਸੀਂ ਗੱਲ ਕਰ ਲਈ ਪੀਕ ਆਰ ਜਿਹੜੇ ਹੈਗੇ ਦੁਪਹਿਰ ਨੂੰ ਕਿਉਂਕਿ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਪੀਕ ਆਵਰ ਅੱਜ ਦਾ ਦਿਨ ਪੀਕ ਆਵਰ ਚ ਬਹੁਤ ਸਟ੍ਰੀਮ ਹੀਟ ਵੇਵ ਹੈ ਜਿਸ ਕਰਕੇ ਘਰਾਂ ਤੋਂ ਬਾਹਰ ਨਾ ਨਿਕਲੋ ਜੇਕਰ ਕੋਈ ਐਮਰਜੈਂਸੀ ਹੈ ਤਾਂ ਹੀ ਤੁਸੀਂ ਬਾਹਰ ਨਿਕਲਾ ਐਦਰਵਾਈਜ਼ ਤੁਸੀਂ ਕੋਸ਼ਿਸ਼ ਕਰੋ ਕਿ ਘਰਾਂ ਚ ਰਹੋ ਆਪਣੇ ਜੇਕਰ ਬਾਹਰ ਨਿਕਲਦੇ ਹੋ ਤਾਂ ਪੂਰਾ ਕਵਰ ਕਰਕੇ ਆਪਣਾ ਸਿਰ ਜਿਹੜਾ ਹੈ ਉਹ ਢੱਕ ਕੇ ਔਰ ਪੂਰੀ ਤਰ੍ਹਾਂ ਬਚ ਕੇ ਕਿਉਂਕਿ ਹੀਟ ਵੇਵ ਕਰਕੇ ਕਾਫੀ ਪ੍ਰੋਬਲਮ ਜਿਹੜੀ ਸਾਹਮਣੇ ਆ ਰਹੀ ਹੈ ਲਗਾਤਾਰ ਐਡਵਾਈਜ਼ਰੀ ਦਿੱਤੀ ਜਾ ਰਹੀ ਹੈ ਐਡਮਿਨਿਸਟ੍ਰੇਸ਼ਨ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਵੈਦਰ ਡਿਪਾਰਟਮੈਂਟ ਵੱਲੋਂ ਲਗਾਤਾਰ ਹੀਟ ਵੇਵ ਦੀ ਐਡਵਾਈਜ਼ਰੀ ਦਿੱਤੀ ਜਾ ਰਹੀ ਹੈ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਖਾਸ ਤੌਰ ਤੇ ਧਿਆਨ ਰੱਖਣਾ ਹੈ ਪਾਣੀ ਜਿਹੜਾ ਹੈ ਉਹ ਬਾਰ ਬਾਰ ਪੀਣਾ ਹੈ ਜੇਕਰ ਤੁਸੀਂ ਬਾਹਰ ਜਾ ਰਹੇ ਹੋ ਤਾਂ ਪੂਰਾ ਸਰ ਪੂਰੀ ਬਾਡੀ ਨੂੰ ਕਵਰ ਤੁਸੀਂ ਕਰਕੇ ਜਾਣਾ ਹੈ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਲਗਾਤਾਰ ਇਹ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਲੇਕਿਨ ਆਉਣ ਵਾਲੇ ਸਮੇਂ 'ਚ ਜ਼ਰੂਰ ਰਾਹਤ ਦੀ ਗੱਲ ਕੀਤੀ ਗਈ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਅਜੀ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ